ਠੀਕ ਆ ਬਾਬਾ ਜੀ ਉਦਾਂ ਹੀ ਬੋਲਾਂਗਾ ਜੀ ਆਪਾਂ ਜਿਹੜਾ ਘੋੜਾ ਲੈ ਕੇ ਆਇਆ ਬਾਬਾ ਬਾਬਾ ਕਹਿੰਦਾ ਇੱਕ ਘੋੜਾ ਮੈਂ ਲੈ ਆਂਦਾ ਸਿੰਧੀ ਨਸਲ ਦੇ ਘੋੜੇ ਆ ਤਿੰਨ ਸਾਢੇ ਕੁ ਤਿੰਨ ਲੱਖ ਦਾ ਘੋੜਾ ਵੀਰੋ ਮੈਂ ਹੱਥ ਬੰਨਦਾ ਤੁਹਾਡੇ ਕੋਲੇ ਕਿਸੇ ਵੀਰ ਨੇ ਲਲਕਾਰਾ ਨੀ ਮਾਰਨਾ ਕਿਸੇ ਵੀਰ ਨੇ ਕੁਝ ਕਹਿਣਾ ਨੀ ਫਿਰ ਜਦੋਂ ਕਹਿੰਦਾ ਸਪਾਰ ਦੇ ਮੇਲੇ ਤੇ ਘੋੜਾ ਭੱਜਦਾ ਤਾਂ ਗੱਲ ਵੱਖਰੀ ਹੁੰਦੀ ਹੈ ਇਹ ਗੱਲ ਜਿਹੜੀ ਸਾਡੇ ਸਤਿਕਾਰ ਜੋ ਖਾਲਸਾ ਜੀ ਦੱਸ ਕੇ ਗਏ ਹੈ ਵੀ ਸ੍ਰੀ ਮਨ ਸੰਤ ਬਾਬਾ ਜਸਵੀਰ ਸਿੰਘ ਜੀ ਕਾਲਾ ਵਾਲਾ ਸਾਬੇ ਵਾਲੇ ਉਹਨਾਂ ਨੇ ਘੋੜੇ ਜਿਹੜੇ ਭੇਜੇ ਆ ਘੋੜੇ ਆ ਚੁੱਕੇ ਆ ਇੱਕ ਘੋੜਾ ਬਾਬਾ ਜੀ ਲੈ ਕੇ ਆਉਣਗੇ ਗਰਾਊਂਡ ਦੇ ਵਿੱਚ ਘੋੜੇ ਦੇ ਦਰਸ਼ਨ ਕਰ ਲਿਓ ਜਿਹੜਾ ਘੋੜਾ ਦਿੱਤਾ ਜਾਣਾ ਹੈ ਰੇਡਰ ਤੇ ਜਾਫੀ ਨੂੰ ਉਹ ਇੱਕ ਘੋੜੇ ਦਾ ਗੇੜਾ ਜਿਹੜਾ ਗਰਾਊਂਡ ਦੇ ਵਿੱਚ ਦਬਾਵੇਗਾ ਬਾਬਾ ਜੀ ਔਰ ਬੇਨਤੀ ਹੈ ਹਾਂਜੀ ਟੀਮ ਕਿਹੜੀ ਆ ਗਈ ਵੀਰੇ ਟੀਮ ਕਿਹਨੀ ਨਿਗਾਹ ਮਾਰੀ ਭੂਤ ਨਾ ਪੁੱਛ ਗਈ ਹੈ ਜਲਾਲਾਬਾਦ ਦੀ ਟੀਮ ਜਿੱਥੇ ਆਵਾਜ਼ ਸੁਣਦੀ ਹੈ ਜਲਦੀ ਨਾਲ ਪੁੱਜੇ ਜਲਾਲਾਬਾਦ ਕੋਤਰਾ ਤੇ ਜਲਾਲੇਵਾਲ ਦੇ ਮੈਚ ਤੋਂ ਬਾਅਦ 62 ਕਿਲੋ ਦਾ ਫਾਈਨਲ ਮੈਚ ਕਰਵਾਵਾਂਗੇ ਆ ਜਿਹੜਾ ਮੈਚ ਸਟਾਰਟ ਹੋਣ ਜਾ ਰਿਹਾ ਭੋਤਨਾ ਤੇ ਜਲਾਲਾਬਾਦ ਉਸ ਤੋਂ ਬਾਅਦ 62 ਕਿਲੋ ਦਾ ਫਾਈਨਲ ਮੈਚ ਉਸ ਤੋਂ ਬਾਅਦ ਚੁੰਗਾ ਤੇ ਨੱਤਬੁਰਜ ਇਹ ਟੀਮਾਂ ਵੀ ਨਾਲ ਦੇ ਨਾਲ ਤਿਆਰ ਹਨ ਹੈਲੋ ਹੈਲੋ ਭੋਤਨਾ ਤੇ ਜਲਾਲਾਬਾਦ ਤੋਂ ਬਾਅਦ ਮੈਚ 62 ਕਿਲੋ ਦਾ ਫਾਈਨਲ ਹੋਵੇਗਾ ਨਾਲ ਹੀ ਹਰਮਨ ਸਾਡਾ ਵੀਰ ਮਹਿਲਾ ਵਾਲਾ ਉਹ ਵੀ ਇਸ ਮੈਚ ਤੋਂ ਬਾਅਦ ਤਿਆਰੀ ਖਿੱਚ ਲਵੇ ਬਹੁਤ ਬਹੁਤ ਧੰਨਵਾਦ ਹੈ ਉਸ ਵੀਰ ਦਾ ਵੀ ਇਸ ਏਰੀਏ ਦਾ ਮਸ਼ਹੂਰ ਬੁਲਾਰਾ ਹੈ ਜਿਹੜੀ ਟੀਮ ਜਲਾਲਾਬਾਦ ਦੀ ਪੁੱਜੀ ਹੈ ਇਸ ਸਕੂਲ ਵਾਲੇ ਪਾਸੇ ਹੈ ਸਟੇਜ ਦੇ ਸੱਜੇ ਹੱਥ ਔਰ ਪਾਣੀ ਵਾਲੀ ਟੈਂਕੀ ਵਾਲੇ ਪਾਸੇ ਟੀਮ ਜਿਹੜੀ ਮੇਰੇ ਮਿੱਤਰ ਭੋਤਨਾ ਲਾ ਮੈਚ ਬੜਾ ਵਧੀਆ ਖੇਡੇ ਜਾਣਾ ਹੈ ਖੇਡ ਕਬੱਡੀ ਦਾ ਹੈਲੋ ਹੈਲੋ ਅਗਲਾ ਮੈਚ ਕਬੱਡੀ 62 ਕਿਲੋ ਦਾ ਫਾਈਨਲ ਹੋਣਾ ਹੈ ਠੀਕਰੀਵਾਲ ਦਾ ਮੈਚ ਜੀ ਕਿਹੜੀ ਟੀਮ ਦੇ ਨਾਲ ਆ ਫਾਈਨਲ ਚੰਨਣਵਾਲ ਠੀਕ ਆ ਜੀ ਠੀਕਰੀਵਾਲ ਤੇ ਚੰਨਣਵਾਲ ਇਹ ਵੀ ਟੀਮਾਂ ਤਿਆਰ ਰਹਿਣ ਲਓ ਸਕੂਲ ਵਾਲੇ ਪਾਸੇ ਟੀਮ ਜਲਾਲਾਬਾਦ ਹੈ ਔਰ ਦੂਸਰੇ ਪਾਸੇ ਟੀਮ ਮੇਰੇ ਮਿੱਤਰੋ ਜਿਹੜੀ ਭੋਤਨਾ ਪੁੱਜੀ ਹੈ ਪਹਿਲੀ ਕਬੱਡੀ ਨਿੱਕਾ ਨਾਮ ਹੈ ਇਸ ਨੌਜਵਾਨ ਗੱਭਰੂ ਦਾ ਇੱਕ ਜਰਗੜੀ ਵਾਲੇ ਨੇ ਨਾਮ ਮਸ਼ਹੂਰ ਕੀਤਾ ਇੱਕ ਖਿਆਲੇ ਵਾਲੇ ਨੇ ਇੱਕ ਖਾੜੇ ਵਾਲੇ ਨੇ ਲਓ ਨਿੱਕਾ ਇਸ ਵੇਲੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਨਿੱਕਾ ਖੇਡ ਗਰਾਊਂਡ ਵਿੱਚ ਵਾਧਾ ਹੋਇਆ ਸੱਚੇ ਪਾਤਸ਼ਾਹ ਨੂੰ ਯਾਦ ਕਰ ਲਓ ਨਿੱਕਾ ਇਸ ਵੇਲੇ ਕਬੱਡੀ ਪਾਉਣ ਦੇ ਵਾਸਤੇ ਖੇਡ ਗਰਾਊਂਡ ਵਿੱਚ ਵਾਧਾ ਹੋਇਆ ਸੀਸੇ ਮੂਹਰੇ ਸਰੀਰ ਨੂੰ
ਘਰ ਵਿੱਚ ਤਾਰਾ ਸਿੰਘ ਹਰੇਕ ਬਣਦਾ ਲੈਂਦੇ ਨੇ ਬਗਾਨੇ ਪੁੱਤ ਢਾ ਜੋਦੇ ਆ ਸੱਟਾ ਫੇਟਾ ਛੇਂਦੀ ਚੀੜੀ ਹੱਡੀ ਲੰਗੇ ਆਣੀ ਆ ਫਿਰ ਖੇਡੀ ਜਾਂਦੀ ਆ ਕਬੱਡੀ ਲੰਗੇ ਆਣੀ ਆ ਇਧਰਲੇ ਪਾਸੇ ਇਹਨੂੰ ਸੋਹਣ ਕਹਿੰਦੇ ਆ ਇੱਕ ਰੁੜਕੀ ਦਾ ਇੱਕ ਆ ਸੋਹਣਾ ਟਰਾਈ ਕਰਦਾ ਪਰ ਪੰਟ ਇਸ ਵੇਲੇ ਨਿੱਕਾ ਆਪਣੀ ਟੀਮ ਦੇ ਵਾਸਤੇ ਜੁੜਦਾ ਹੋਇਆ ਇੱਕ ਜਲਾਲਪੁਰੀਆ ਇੱਕ ਲੋਕ ਦਾ ਪਾਲਾ ਪਰ ਇਹਨੂੰ ਵੀ ਪਾਲਾ ਕਹਿੰਦੀ ਆ ਦੁਨੀਆ ਕਬੱਡੀ 70 ਕਿਲੋ ਭਾਰ ਦੇ ਵਿੱਚ ਵਧੀਆ ਖਿਡਾਰੀ ਹੈ ਲਪਾਲ ਇਸ ਵੇਲੇ ਪਾਲਾ ਕਬੱਡੀ ਪਾ ਰਹੇ ਹੈ ਸਰੀਰ ਖੇਡਾ ਥੋੜਾ ਝੁਕੇ ਚਾਰ ਜਾਫੀ ਇਸ ਵੇਲੇ ਤਿਆਰ ਨੇ ਪੈਰ ਬਾਹਰੇ ਵਾਗੇ ਹੈ ਸਿੱਧ ਬਾਬਾ ਲੱਕੀ ਫੈਸਲੇ ਕਰ ਰਹੇ ਹੈ ਵੀ ਪੁਆਇੰਟ ਇਸ ਵੇਲੇ ਪਾਲਾ ਲੱਖਾ ਸਾਡਾ ਵੀਰ ਹਰਮਨ ਦੇ ਨਾਲ ਸੰਪਰਕ ਬਣਾਵੇ ਲਓ ਅਗਲੀ ਕਬੱਡੀ ਨਿੱਕਾ ਫਿਰ ਖੇਡਦੇ ਕਰਾਵੇ ਮੇਰੇ ਮਿੱਤਰ ਬਾਤ ਆਵੇ ਨਿੱਕੇ ਦੀ ਪਹੀ ਕਬੱਡੀ ਹੈ ਤਿੰਨ ਜਾਫੀ ਇਸ ਵੇਲੇ ਤਿਆਰ ਨੇ ਇੱਕ ਨੀ ਤੇ ਸਿੱਖ ਸਰਦਾਰ ਹੈ ਇੱਕ ਨੀ ਤੇ ਸੋਹਣ ਹੈ ਲਓ ਹੋ ਵੇਖਾਂਗੇ ਵੀ ਕੌਣ ਨਵੀਆਂ ਲਓ ਸੋਹਣ ਇਸ ਵੇਲੇ ਟਰਾਈ ਕਰਦਾ ਖੇਡ ਗਰਾਉਂਡ ਦੇ ਵਿੱਚ ਡੱਕ ਲੈਣ ਦੀ ਪਰ ਪੁਆਇੰਟ ਇਸ ਵੇਲੇ ਨਿੱਕਾ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਫਿਰ ਕਬੱਡੀ ਪਾ ਰਿਹਾ ਖੇਡ ਗਰਾਉਂਡ ਦੇ ਵਿੱਚ ਪਾਲੇ ਦੀ ਪਹੀ ਕਬੱਡੀ ਖੇਡ ਗਰਾਉਂਡ ਦੇ ਵਿੱਚ ਪਾਲਾ ਇਸ ਵੇਲੇ ਕਬੱਡੀ ਪਾ ਰਿਹਾ ਇਧਰਲੇ ਪਾਸੇ ਨਵਜਾ ਧੋਤਲੇ ਪਿੰਡ ਦਾ ਜਾਫੀ ਪਰ ਪੁਆਇੰਟ ਪਾਲਾ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਬਿੱਲਾ ਇਸ ਵੇਲੇ ਬਿੱਲਾ ਅਗਲੀ ਕਬੱਡੀ ਪਾ ਰਿਹਾ ਹੈ ਉਧਰਲੇ ਪਾਸੇ ਜਲਾਲਾਬਾਦੀਆ ਸਿੱਖ ਸਰਦਾਰ ਮੂਰੀ ਉੱਤੇ ਘੇਰਦਾ ਹੋਇਆ ਦੇਖਾਂਗੇ ਸਾਹਮਣੇ ਮੁਕਾਬਲਾ ਸਖਤ ਹੈ ਦੋਨੋਂ ਖਿਡਾਰੀਆਂ ਦੇ ਵਿਚਕਾਰ ਮੇਰੇ ਮਿੱਤਰੋ ਮੁਕਾਬਲਾ ਹੋ ਚੁੱਕਾ ਨਹੀਂ ਹੋ ਰਹੀ ਸੈ ਹੰਦੇ ਨੇੜੇ ਹੈ ਸਮਾਂ ਬੀਤੇ ਹੈ ਬੱਲੇ ਬੱਲੇ ਹੋਈ ਪਈ ਹੈ ਖੇਡ ਗਰਾਉਂਡ ਵਿੱਚ ਇੱਕ ਵਾਰੀ ਤਾੜੀਆਂ ਮਾਰੋ ਸਵਾਰ ਸੁਣੇ ਇਹ ਹੈ ਖੇਡ ਕਬੱਡੀ ਖੇਡ ਖੇਡਾਂ ਵਿੱਚੋਂ ਵੱਡੀ ਲਓ ਨੀਤਾ ਫਿਰ ਕਬੱਡੀ ਪਾਉਂਦਾ ਖੇਡ ਕਰਾਉਂਦੇ ਵੇਲੋ ਐਸ ਗਿਆਨੀ ਨੂੰ ਤਰਵਿੰਦਰ ਸਿੰਘ ਔਲਖ ਵੱਲੋਂ 100 ਰੁਪਏ ਸਪੈਸ਼ਲ ਨਾਮ ਜੀ ਉਧਰੋਂ ਤਰਵਿੰਦਰ ਸਿੰਘ ਜੀ ਔਲਖ ਸਿੱਖ ਸਰਦਾਰ ਜਾਫੀ ਦੇ ਵਾਸਤੇ 100 ਰੁਪਏ ਭੇਜਦੇ ਹੈ ਲਓ ਨਿੱਕਾ ਇਸ ਵੇਲੇ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਗਰਾਉਂਡ ਦੇ ਵਿੱਚ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲ ਸਪੋਰਟਸ ਕਲੱਬ ਦੀ ਮੇਰੀ ਵੀਰੋ ਕੀਤੀ ਹੋਈ ਮਿਹਨਤ ਹੈ ਅੱਜ ਮਿਹਨਤ ਰੰਗ ਲੈ ਕੇ ਆਵੇਗੀ ਫਿਰ ਸਰਦਾਰ ਖਿਡਾਰੀ ਨਿੱਕੇ ਨੂੰ ਫਿਰ ਜੱਫਾ ਦੂਜਾ ਜੱਫਾ ਲਾਇਆ ਇਸ ਮੁੰਡੇ ਨੇ ਜੇਕਰ ਮੈਚ ਵਧੀਆ ਲੱਗਦਾ ਹੈ ਇੱਕ ਵਾਰੀ ਤਾੜੀਆਂ ਮਾਰ ਦੋ ਦੋਨੋਂ ਟੀਮਾਂ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਲਓ ਪਾਲਾ ਫਿਰ ਕਬੱਡੀ ਪਾ ਰਹੇ ਹੈ ਖੇਡ ਗਰਾਉਂਡ ਦੇ ਵਿੱਚ ਪਾਲਾ ਸੱਚੇ ਪਾਤਸ਼ਾਹ ਨੂੰ ਯਾਦ ਕਰ ਕਬੱਡੀ ਪਾਈ ਹੋਈ ਹੈ ਅਗਲਾ ਮੈਚ ਕਬੱਡੀ 62 ਕਿਲੋ ਦਾ ਫਾਈਨਲ ਹੋਵੇਗਾ ਦੋਨੋਂ ਟੀਮਾਂ ਜਲਦੀ ਦੇ ਨਾਲ ਖੇਡ ਗਰਾਉਂਡ ਦੇ ਨਾਲ ਜੁੜ ਜਾਣ ਲਓ ਪਾਲਾ ਇਸ ਵੇਲੇ ਪਾ ਕਬੱਡੀ ਤੇ ਪਾਉਣ ਦਾ ਵਾਅਦਾ ਕਰਦਾ ਹੋਇਆ ਆ ਵੀ ਮੁੰਡਿਆ ਪਾ ਕਬੱਡੀ ਨਵੀਆਂ ਮੁੰਡਿਆ ਤੈਨੂੰ ਗੱਲ ਸਮਝਾਵਾਂ ਮਿਲਦਾ ਨਾ ਤੇ ਨਾਲੇ ਨਾਮਾ ਜਦੋਂ ਹੋਊ ਸਪਾਰੀ ਥੱਲੇ ਕੀ ਟਿਕਟ ਟਾਉਣੀ ਬੱਸਾਂ ਦੀ ਮੁੰਡਿਆ ਡੰਡ ਬੈਠਕਾ ਲਾ ਲਾ ਕੌਡੀ ਹੋ ਗਈ ਲੱਖਾਂ ਦੀ ਲੱਖ ਲੱਖ ਦੀ ਖੇਡ ਹੈ ਖੇਡ ਕਬੱਡੀ ਪੂਰੀ ਦੁਨੀਆ 'ਚ ਫੇਮਸ ਹੋਈ ਪਈ ਹੈ ਲਓ ਦੋਨੇ ਪਾਸੇ ਸੋਹਣ ਵਾਹ ਗੋਗੋ ਸੋਹਣ ਡਮਰੂ ਮੰਗ ਹੋ ਮਾ ਜੱਗ ਤੇ ਮਸ਼ਹੂਰ ਇੱਕ ਰੁੜਕੀ ਦਾ ਇੱਕ ਮੇਰੀ ਵੀਰ ਗੋਗੋ ਤੇ ਸੋਹਣ ਦੀ ਚੜ੍ਹਤ ਹੈ ਪਰ ਜਲਾਲਾਬਾਦੀਆ ਲੈ ਇਸ ਵੇਲੇ ਅਗਲੀ ਕਬੱਡੀ ਫਿਰ ਇਸ ਨਵੀਆਂ ਗਬਰੂ ਦੀ ਖੇਡ ਗਰਾਉਂਡ ਦੇ ਵਿੱਚ ਪੈ ਚੁੱਕੀ ਹੈ ਜਾਫੀ ਨੇ ਟਰਾਈ ਕੀਤੀ ਹੈ ਪਰ ਪੁਆਇੰਟ ਇਸ ਵੇਲੇ ਰੇਡਰ ਦਾ ਆਹ ਨਿੱਕੇ ਨਿੱਕਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਖੇਡ ਗਰਾਉਂਡ ਦੇ ਵਿੱਚ ਵਾਧਾ ਹੋਇਆ ਖੇਡ ਖੇਡਾਂ ਵਿੱਚ ਕਬੱਡੀ ਜਿਹਨੂੰ ਕਹਿੰਦੇ ਨੇ ਕਬੱਡੀ
खेडी जाती लागे तान मित्रू कौड़ी भंगड़ा पंजाबियों की जान मित्रू कौड़ी भंगड़ा पंजाबियों की जान मित्रू जिंद जान है पंजाबियों की मां खेड है ना निका एक नहीं तो सिख सरदार है उधर पासे सोड़ ट्राई कर रहा है पर पॉइंट इस वेले निका पाला फिर कबड्डी पाड़ दे वास्ते बात आया हेलो हां जी बाढ़ के होए टीम नु बेनती है फैन मैच ओ भी पहुंच जान बाढ़ के लोदार चंद्रवाल के ठीकरी वाला जो फाइनल मैच है 70 किलो के ओपन दिया एंट्रियां जारी है जेडी टीम अभी तक एंटर नहीं हुई एंट्री भी भर के एंटर हो गया 70 किलो के ओपन दिया एंट्रियां जारी है इतो अगला मैच 62 किलो का फाइनल मैच चंद्रवाल के ठीकरी वाला ओ भी टीम ग्राउंड पे पहुंच जा चंद्रवाल के ठीकरी वाला ਇਹ ਵੀ ਟੀਮਾਂ ਤਿਆਰ ਰਹਿਣ ਕਬੱਡੀ 62 ਕਿਲੋ ਦਾ ਫਾਈਨਲ ਮੈਚ ਹੈ ਲਓ ਬਿੱਲੇ ਦੀ ਪਹਿਲੀ ਕਬੱਡੀ ਜਿਹੜੇ ਸਾਈਕਲ ਲੈਣ ਨੂੰ ਤਰਸਦੇ ਸੀ ਉਹਨਾਂ ਦੇ ਤੋਂ ਤਿੰਨ ਫੇਰੇ ਉਧਰਲੇ ਪਾਸੇ ਸੋਹਣੇ ਸਵੇਲੇ ਬਾਹ ਸੋਹਣੇ ਵਾਈਟ ਸਵੇਲੇ ਸੋਹਣ ਲਾਜ ਫਾ ਲਓ ਅਗਲੀ ਕਬੱਡੀ ਫਿਰ ਨਵੀਆਂ ਜਲਾਲਾਬਾਦ ਦੀ ਜਿਹੜੇ ਸਾਈਕਲ ਲੈਣ ਨੂੰ ਤਰਸਦੇ ਸੀ ਉਹਨਾਂ ਦੇ ਤੋਂ ਤਿੰਨ ਫੇਰੇ ਤੈਨੂੰ ਖੇਡ ਕੇ ਕਬੱਡੀਏ ਜਿੰਦੇ ਦੇਖੇ ਮੈਂ ਬੁਲਟਾਂ ਤੇ ਗੇੜੇ ਜਿਹੜੇ ਦਿੱਲੀ ਜਾਣ ਨੂੰ ਤਰਸਦੇ ਸੀ ਉਹਨਾਂ ਦੀ ਲਵਾ ਤੇ ਟੂਰ ਬੱਲੇ ਬੱਲੇ ਨਹੀਂ ਕਬੱਡੀਏ ਤੇਰੇ ਕਈ ਘਰਾਂ ਦੀ ਕਰਦੀ ਗਰੀਬੀ ਦੂਰ ਇਸ ਵੇਲੇ ਨਿੱਕਾ ਸਮਧਰ ਜਿਹਾ ਕਾਤਾ ਹੈ ਮੁੱਠੀ ਕ ਪਰ ਸਰੀਰ ਹੈ ਕਬੱਡੀ ਪਾਈ ਹੋਈ ਹੈ ਥੋੜਾ ਝੁੱਕੇ ਹੈ ਤਿੰਨ ਜਾਫੀ ਇੱਕ ਨਹੀਂ ਤੇ ਸਿੱਖ ਸਰਦਾਰ ਹੈ ਬਚਕਾਰ ਵੀ ਕਿਆ ਨਹੀਂ ਹੈ ਲਓ ਸਰਦਾਰ ਇਸ ਵੇਲੇ ਜਲਾਲਾਬਾਦ ਗਿਆ ਬਾਹ ਸੋਹਣੇ ਢਾਏ ਹੈ ਨਵੀਆਂ ਖਿਡਾਰੀ ਇਸ ਵੇਲੇ ਝੂਲਦਾ ਹੈ ਔਰ ਲਾਜ ਫਤ ਪਾਉਣ ਦਾ ਵਾਅਦਾ ਕਰ ਗਏ ਲਓ ਪਾਲਾ ਇਸ ਵੇਲੇ ਫਿਰ ਕਬੱਡੀ ਪਾਉਂਦਾ ਖੇਡ ਦੇ ਗਰਾਉਂਡ ਦੇ ਵਿੱਚ ਲਓ ਤਿੰਨੋਂ ਜਾਫੀ ਇਸ ਵੇਲੇ ਤਿਆਰ ਨੇ ਪਰ ਪੁਆਇੰਟ ਪਾਲਾ अपनी टीम के वास्ते जुड़ के हरमन लखे के नाल संपर्क बना लेवे लो बिल्ला इस वेले अगली कबड्डी पादा होए शरीर फिट है थोड़ा झुके है दर्शकों दी निगाहां ने भी केड़ा नवियां नु इस गबरू टक पावेगा रख पावेगा लो दूसरे पासे सिख सरदार खिलाड़ी इस वेले जलालाबाद ही है लाज हद पाण दा वादा करदा होए आ भी मुंडी है कि बर्गरां ते पीजियां दा पैंदा खेड़ा सड़न ਗੋਚਾਬ ਅੱਗੇ ਪੈਂਦਾ ਯਾਰ ਉਹ ਪੱਲਾ ਅੱਡਣਾ ਨਹੀਂ ਕੰਮ ਕਰਦੇ ਖਾਦੇ ਬਰਗਰ ਤੇ ਪੀਜੇ ਵਧੀਆ ਖਿਡਾਰੀਆਂ ਦੇ ਲੱਗਦੇ ਨੇ ਪੀਜੇ ਲਓ ਮੇਰੀ ਵੀਰੋ ਸਰੀਰ ਨੂੰ ਆਰ ਮਿਹਨਤ ਨੂੰ ਜਿਹੜੀਆਂ ਦਵਾਵਾ ਔਰ ਸਲਾਮਾ ਹੁੰਦੀ ਹੈ ਲਾਈਦਰਲੇ ਪਾਸੇ ਫਿਰ ਲੱਗਿਆ ਜਫਾ ਔਰ ਪੁਆਇੰਟ ਇਸ ਵੇਲੇ ਜਾਫੀ ਦਾ ਆ ਵੀ ਮੁੰਡਿਆ ਕਬੱਡੀ ਨਵੀਆਂ ਨਾ ਅਗਲੀ ਕਬੱਡੀ ਭੋਤਲੇ ਵਾਲਾ ਗੱਭਰੂ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਬੰਨ ਕੇ ਰੁਪਈਏ ਨਾਲ ਗੱਡੀਆਂ 'ਚ ਘੁੰਮਦੇ ਹਿੱਕ ਨਾਲ ਜਿੱਤ ਕੱਪ ਫੂ ਦੇ ਨਾਲ ਚੁੰਮਦੇ ਕਈਆਂ ਲਈ ਤਾਂ ਬੌੜੀ ਹੈ ਬਣ ਕੇ ਕੋਹਾ ਨੂਰ ਤੂੰ ਬੱਲੇ ਬੱਲੇ ਨਹੀਂ ਕਬੱਡੀ ਤੇਰੇ ਕਈ ਘਰਾਂ ਦੀ ਕਰਦੀ ਗਰੀਬੀ ਦੂਰ ਤੂੰ ਫੇਰ ਕਬੱਡੀ ਦੇ ਨਾਲ ਕਈ ਘਰਾਂ ਦਾ ਮੇਰੇ ਵੀਰੋ ਰੁਜ਼ਗਾਰ ਚੱਲਦਾ ਹੈ ਕਈਆਂ ਨੂੰ ਬਿਜ਼ਨਸ ਮਿਲਿਆ ਹੋਇਆ ਹੈ ਕਈ ਘਰਾਂ ਦੀ ਗਰੀਬੀ ਦੂਰ ਹੋਈ ਹੈ ਇਹ ਕਬੱਡੀ ਨੇ ਕਈਆਂ ਨੂੰ ਰੁਜ਼ਗਾਰ ਦਿੱਤਾ ਹੈ ਲੋ ਪਾਲਾ ਇਸ ਵੇਲੇ ਪਾ ਕਬੱਡੀ ਨਾਲ ਹੀ ਮੈਚ ਸਮਾਪਤ ਚੰਨਣਵਾਲ ਤੇ ਠੀਕਰੀਵਾਲ ਕਬੱਡੀ 62 ਕਿਲੋ ਫਾਈਨਲ ਦੋਨੋਂ ਟੀਮਾਂ ਜਲਦੀ ਪੁੱਛੋ ਲੈ ਵੀ ਵੀਰ ਕੀ ਕਹਿੰਦੀ ਹੈ ਕਾਪੀ ਨਾਲ ਹੀ ਲਖਾ ਖਿਆਲੀ ਵਾਲਾ ਦੀ ਖੇਡ ਗਰਾਊਂਡ ਦੇ ਵਿੱਚ ਆਵੇਗਾ ਜਲਾਲਾਬਾਦ ਦੇ 16 ਪੁਆਇੰਟ ਹੈ ਔਰ 6.5 ਪੁਆਇੰਟ ਜਿਹੜੇ ਭੋਤਨੇ ਦੇ ਹੈ ਇਹਦੇ ਵਿੱਚ ਜਲਾਲਾਬਾਦ ਜੇਤੂ ਰਹੀ ਹੈ ਅਗਲਾ ਮੈਚ 62 ਕਿਲੋ ਫਾਈਨਲ ਨਾਲ ਹੀ ਲਖਾ ਖਿਆਲੀ ਅਗਲੀ ਗੱਲ ਕਰੇਗਾ 500 ਤੋਂ 1100 ਵਾਲੇ ਦਾਨੀ ਸੱਜਣਾ ਨੂੰ ਬੇਨਤੀ ਕਰਦੇ ਆ ਜਿਹੜੇ ਆਪਣਾ ਸਨਮਾਨ ਚੰਨ ਨਹੀਂ ਲੈ ਗਏ ਸੇ ਤੋਂ ਆ ਕੇ ਆਪਣਾ ਸਨਮਾਨ ਚੰਨ ਲੈ ਜਾਣ 500 ਤੇ 1100 ਵਾਲੇ ਦਾਨੀ ਸੱਜਣਾ ਲਓ ਜੀ ਕਾਕਾ ਜੀ ਆ ਰੇਲ ਦੀ ਇੱਥੇ ਪਟੜੀ ਤਿਆਰ ਹੈ ਨਾ ਰੇਲ ਚਲਾਉਣੀ ਹੈ ਕਹਿੰਦੇ ਲੈ ਚਲਾ ਲਓ ਵੀ ਜਿਹੜਾ ਕੁਝ ਕਰਨਾ ਹਾਂਜੀ ਠੀਕਰੀਵਾਲ ਤੇ ਚੰਨਵਾਲ ਦੀ ਟੀਮਾਂ ਦੋਨੇ ਟੀਮਾਂ ਤਿਆਰੀ ਫੜ ਕੇ ਕਬੱਡੀ ਮੈਦਾਨ ਦੇ ਵਿੱਚ ਆ ਜਾਣਗੀਆਂ ਕਬੱਡੀ 62 ਕਿਲੋ ਦਾ ਅਗਲਾ ਗਿਆਨੀ ਜੀ ਆ 100 ਰੁਪਏ ਉੱਪਰ ਫੜ ਕੇ ਸਟੇਜ ਤੋਂ ਜੀ ਇਹ ਗਿਆਨੇਵਾਜ ਜਲਾਲਾਬਾਦ ਦਾ ਸਿੰਧੂ ਆ ਨਜਵੜ ਸਾਈਕਲਾਂ ਦਾ ਜੇਤੂ ਐਲਸੀਡੀਆਂ ਦਾ ਜੇਤੂ ਆ ਨਜਵੜ 75 ਕਿਲੋ ਦੇ ਵਿੱਚ ਵੀ ਬੱਲੇ ਬੱਲੇ ਕਰਵਾ ਦਿੰਦਾ ਹੈ ਵਜਨ ਭਾਵੇਂ ਇਸ ਨੌਜਵਾਨ ਦਾ 65 ਕਿਲੋ ਹੀ ਹੈ
पर बल्ले बल्ले करवांदा है नौजवान आज बेला लुटेगा। मैं बोलदा कि नोट करो एक टीम सेमीफाइनल तक खेडेगी खेडेगी मेनू आशा के फाइनल भी जरूर खेडेगी। टीम बड़ी छोटी जी है। अगला मैच दोनों टीम कबड्डी मैदान के आ जाएगा। वो चला लो यार थोड़े वास्ते रेडी है। ताड़िया ला लो जी इन्होंने नौजवानों के हरियाणा तो पहुंचे है। अगला मैच ठीकरीवाल की टीम आ गई चंद्रवाल की टीम पहुंचे। लो जी आप वीर कहना मैं लत के उत्ते घूमना है चार हैंडीकैप्ट है। लै वीरे तू भी जरा कुछ करना कर ले। ताड़िया दोनों के ला दो यार क्योंकि मैं दसदा कि गरीब ने गरीबा नो ढिड पालन के लिए बहुत कुछ करना पैंदा है क्योंकि हैंडीकैप्ट भी बादा ज्ञानी अपना नाम ले जी थले स्टेज तो आगे जलालाबाद का ज्ञानी जी स्टॉप करदा सी अपना नाम ले जी स्टेज तो आगे ਜਿਹੜਾ ਲੰਦਾ ਵੀ ਇਹਦਾ ਮਾਨ ਸਨਮਾਨ ਕਰਦੇ ਹੋ ਦਿਹਾੜੀ ਕਰ ਨਹੀਂ ਸਕਦੇ ਇਸ ਲਈ ਇਹਨਾਂ ਟੂਰਨਾਮੈਂਟ ਦੇ ਤੇ ਆਪਣਾ ਰਿਜ਼ਾਰ ਚਲਾਉਂਦੇ ਆ ਇਹਨਾਂ ਦਾ ਮਾਨ ਸਨਮਾਨ ਬੇਨਤੀ ਆ ਕਰ ਦਿੱਤਾ ਜਾਵੇ। ਚੰਦਨਵਾਲ ਦੀ ਟੀਮ ਨੂੰ ਬੇਨਤੀ ਆ ਜਲਦੀ ਨਾਲ ਕਬੱਡੀ ਮੈਦਾਨ ਦੇ ਵਿੱਚ ਪਹੁੰਚੇਗੀ। ਠੀਕਰੀਵਾਲ ਦੀ ਟੀਮ ਕਬੱਡੀ ਮੈਦਾਨ ਦੇ ਵਿੱਚ ਪਹੁੰਚ ਚੁੱਕੀ ਹੈ। ਠੀਕਰੀਵਾਲ ਦੀ ਟੀਮ ਕਬੱਡੀ ਮੈਦਾਨ ਦੇ ਵਿੱਚ ਆ ਚੁੱਕੀ ਹੈ। ਲਾਡੀ ਹੋਣੀ ਪੀਰੇ ਹੋਣੀ ਜਲਦੀ ਨਾਲ ਕਬੱਡੀ ਮੈਦਾਨ ਦੇ ਵਿੱਚ ਆ ਜਾਣਗੇ। ਅਗਲਾ ਮੈਚ ਜੋ ਬਾਟ ਕੋਲੋਂ ਦਾ ਫਾਈਨਲ ਮੈਚ ਹੋਵੇਗਾ। ਨੱਤ ਬੁੱਜ ਤੇ ਚੁੰਗਾ ਇਹ ਮੈਚ ਹੋ ਗਿਆ ਕਾਕਾ ਜੀ ਕਿ ਨਹੀਂ ਨੱਤ ਬੁੱਜ ਤੇ ਚੁੰਗਾ ਠੀਕ ਹੈ। ਨੱਤ ਬੁੱਜ ਤੇ ਚੁੰਗਾ ਦੀਆਂ ਟੀਮਾਂ ਦਰਮਿਆਨ ਅਗਲਾ ਮੈਚ ਖੇਡਿਆ ਜਾਵੇਗਾ। ਇਹ ਟੀਮਾਂ ਵੀ ਤਿਆਰੀ ਫੜ ਕੇ ਕਬੱਡੀ ਮੈਦਾਨ ਦੇ ਵਿੱਚ ਆ ਜਾਣਗੀਆਂ। ਨੱਤ ਬੁੱਜ ਤੇ ਚੁੰਗਾ ਇੱਕ ਵੱਡੀ 70 ਕਿਲੋ ਦਾ ਮੈਚ ਖੇਡਿਆ ਜਾਵੇਗਾ। ਮੇਰੀ ਬੇਨਤੀ ਚੰਦਨਵਾਲ ਦੀ ਟੀਮ ਦੇ ਲਈ ਹੈ। ਮੈਂ ਵਾਰ ਵਾਰ ਬੇਨਤੀ ਕਰ ਰਿਹਾ ਹਾਂ ਕਿਉਂਕਿ ਸਮੇਂ ਦਾ ਜ਼ਰੂਰ ਧਿਆਨ ਰੱਖਿਆ ਕਰੋ। ਟਾਈਮ ਬਹੁਤ ਹੋ ਚੁੱਕਿਆ ਹੈ। ਹਜੇ ਓਪਨ ਦੀ ਆਪਣੇ ਕੋਲੇ 22:30 ਨਹੀਂ ਟਾਈਮ ਮੇਰੇ ਖਿਆਲ ਦੇ ਵਿੱਚ 1-2 ਵੱਜਣ ਵਾਲੇ ਹੈ। 4 ਵਜੇ ਓਪਨ ਦੇ ਘੱਟੋ ਘੱਟ ਮੈਚ ਸਟਾਰਟ ਹੁੰਦੇ ਆ। ਰਾਤ ਨੂੰ 12-1 ਵੱਜ ਜਾਂਦੇ ਆ। ਦੂਸਰੇ ਦਿਨ ਮੰਨ ਲਓ ਟੂਰਨਾਮੈਂਟ ਸਮਾਪਤ ਹੁੰਦਾ ਹੈ। ਬੇਨਤੀ ਹੈ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾ ਕਰਨ। ਇੱਕ ਖਿਡਾਰੀ ਵੀਰ ਤੇ ਦਰਸ਼ਕ ਵੀਰ ਨੋਟ ਕਰ ਲੈਣਾ ਜੋ ਸਾਡਾ ਲੰਗਰ ਚੱਲ ਰਿਹਾ ਇੱਥੇ ਇਹ ਆਏਗਾ ਪਤਵੰਤਿਆਂ ਵਾਸਤੇ ਹੈ ਤੇ ਸਾਡੇ ਮੁੱਖ ਮਹਿਮਾਨਾਂ ਵਾਸਤੇ ਹੈ। ਕੋਈ ਵੀ ਦਰਸ਼ਕ ਜਾਂ ਖਿਡਾਰੀ ਵੀਰ ਇੱਥੇ ਲੰਗਰ ਛਕਣ ਦੀ ਕਿਰਪਾਲਤਾ ਨਾ ਕਰੇ। ਗੁਰੂ ਘਰ ਦੇ ਵਿੱਚ ਅਟੁੱਟ ਲੰਗਰ ਵਰਤ ਰਿਹਾ ਉੱਥੇ ਜਾ ਕੇ ਜਿੰਨੇ ਵੀ ਸਾਡੇ ਦਰਸ਼ਕ ਵੀਰ ਖਿਡਾਰੀ ਵੀਰ ਹੈ ਉੱਥੇ ਜਾ ਕੇ ਗੁਰੂ ਕੇ ਲੰਗਰ ਛਕ ਸਕਦੇ ਹੈ। ਇਹ ਸਾਡੀ ਪ੍ਰਬੰਧਕਾਂ ਵੱਲੋਂ ਬੇਨਤੀ ਹੈ। ਇੱਕ ਪਿੰਡ ਓਪਨ ਦੀਆਂ ਟੀਮਾਂ ਜਿੰਨੀਆਂ ਵੀ ਟੀਮਾਂ ਇੱਥੇ ਪਹੁੰਚ ਰਹੀਆਂ ਨੇ ਆਪੋ ਆਪਣੀਆਂ ਖਿਡਾਰੀ ਵੀਰ ਟੀਮਾਂ ਐਂਟਰ ਕਰਵਾ ਲਓ। ਕੇਵਲ 32 ਟੀਮਾਂ ਐਂਟਰ ਕੀਤੀਆਂ ਜਾਣਗੀਆਂ ਉਸ ਤੋਂ ਜ਼ਿਆਦਾ ਇੱਕ ਵੀ ਟੀਮ ਐਂਟਰ ਨਹੀਂ ਕੀਤੀ ਜਾਵੇਗੀ। ਇਹ ਪ੍ਰਬੰਧਕਾਂ ਦੇ ਫੈਸਲੇ ਹੈ। ਉਧਰੋਂ ਸਾਡੀ ਜ਼ਿੰਦਗੀ ਦਾ ਸਤਿਕਾਰਯੋਗ ਵੀਰ ਹਰਮਨ ਜੋਗਾ ਵੀ ਪਹੁੰਚ ਚੁੱਕਿਆ ਨਾਲ ਨੋਨੀ ਕਠਾਲੇ ਵਾਲਾ ਤੇ ਅੰਤਰਰਾਸ਼ਟਰੀ ਕਮੈਂਟਰ ਕੁਲਵੀਰ ਥੋਹੀ। ਥੋੜੇ ਸਮੇਂ ਦੇ ਵਿੱਚ ਇਹਨਾਂ ਵੀਰਾਂ ਨੇ ਵੀ ਆਪਣੀ ਹਾਜ਼ਰੀ ਲਵਾਈ ਹੈ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਫਾਈਨਲ ਮੁਕਾਬਲਾ ਸ਼ੁਰੂ ਹੋਣ ਲੱਗਿਆ। ਸਰਜੀਤ ਬਾਟ ਕਿਲੋ ਦੇ ਬਾਅਦ ਇੰਟਰੋਡਿਊਸ਼ਨ ਕਰਾਉਣੀ ਆ ਜਾਂ ਹਾਫ ਕਰਾ ਲਓ ਤਾਂ ਹਾਫ ਕਰਾ ਦਾਂਗੇ ਉਹਦੇ ਵਿੱਚ ਇੰਟਰੋਡਿਊਸ਼ਨ ਕਰਾ ਦਿਓ। ਹੈ ਕੋਈ ਤਾਂ ਹਰ ਅੜਕਦਾ ਇੰਟਰੋਡਿਊਸ਼ਨ ਕਰਾਉਣੀ ਆ ਬਾਟ ਕਿਲੋ ਦੇ ਬਾਅਦ ਦੀ। ਉੱਥੇ ਅਸੀਂ ਧੰਨਵਾਦ ਕਰਦੇ ਹਾਂ ਇਸ ਕਲੱਬ ਦੇ ਚੇਅਰਮੈਨ ਅਵਤਾਰ ਸਿੰਘ ਜੀ ਮਾਨ ਸਰਪ੍ਰਸਤ ਹਰਬੰਸ ਸਿੰਘ ਜੀ ਔਲਖ ਸਕੱਤਰ ਸਜੀਤ ਸਿੰਘ ਜੀ ਧਾਲੀਵਾਲ ਰਤੋਵਾਲੀ ਆ ਜੋ ਕਿ ਸਟੇਜ ਸੈਕਟਰੀ ਦੇ ਸੇਵਾਵਾਂ ਦੇ ਰਹੇ ਨੇ ਨਾਲ ਪ੍ਰਧਾਨ ਅਮਨਦੀਪ ਸਿੰਘ ਜੀ ਔਲਖ ਮੀਤ ਪ੍ਰਧਾਨ ਰੂਪ ਸਿੰਘ ਜੀ ਧਾਲੀਵਾਲ ਰਜਨੀ ਖਜਾਨਚੀ ਗੁਰਪ੍ਰੀਤ ਸਿੰਘ ਜੀ ਢਿੱਲੋਂ ਜਸਪ੍ਰੀਤ ਸਿੰਘ ਜੀ ਜੱਸੀ ਸਲਾਹਕਾਰ ਬਲਜੀਤ ਸਿੰਘ ਜੀ ਮਾਨ ਬੇਟ ਕਮੇਟੀ ਦੇ ਵਿੱਚ ਪਰਮਜੀਤ ਸਿੰਘ ਜੀ ਪੁੱਲਰ ਜਰਨੈਲ ਸਿੰਘ ਜੀ ਮਾਨ ਕੁਲਦੀਪ ਸਿੰਘ ਜੀ ਲੜੀ ਠੀਕ ਹੈ ਬਾਈ ਕਿਉਂਕਿ ਪਹਿਲਾਂ ਜਿਹੜੀ ਘਾਟ ਰਹਿ ਗਈ ਆਪਾਂ ਪੂਰੀ ਕਰ ਦਿੰਦੇ ਹਾਂ ਤੇ ਨਾਲ ਬਲਵਿੰਦਰ ਸਿੰਘ ਕਾਕਾ ਸਾਡਾ ਵੀਰ ਇਹ ਸਵਾਵਾਂ ਦੇ ਰਹੇ ਨੇ। ਸਵਾਗਤ ਕਮੇਟੀ ਦੇ ਵਿੱਚ
ਜਾਦਵਿੰਦਰ ਸਿੰਘ ਗਿੱਲ ਬੂਟਾ ਸਿੰਘ ਨੰਬਰਦਾਰ ਜਗਿੰਦਰ ਸਿੰਘ ਨਿੱਕਾ ਸਾਡੇ ਮਾਮਾ ਜੀ ਲੱਗਦੇ ਆ ਹਾਕਮ ਸਿੰਘ ਔਲਖ ਚਾਂਦੀ ਜੀ ਬਲਜੀਤ ਮਾਨ ਇਹ ਸਾਡੇ ਵੀਰ ਸਵਾਗਤ ਕਮੇਟੀ ਦੇ ਮੈਂਬਰ ਨੇ ਇਤਰਾਜ ਕਮੇਟੀ ਦੇ ਵਿੱਚ ਹਰਦੀਪ ਸਿੰਘ ਨੰਬਰਦਾਰ ਜਰਨੈਲ ਸਿੰਘ ਢਿੱਲੋਂ ਹਰਪ੍ਰੀਤ ਸਿੰਘ ਢਿੱਲੋਂ ਭੋਲਾ ਸਿੰਘ ਪਹਿਲੂਕਾ ਪ੍ਰਬੰਧਕ ਕਮੇਟੀ ਦੇ ਵਿੱਚ ਅਵਤਾਰ ਸਿੰਘ ਜੀ ਢਿੱਲੋਂ ਪ੍ਰਗਟ ਸਿੰਘ ਜੀ ਪੈਂਟੀ ਇਹ ਸਾਡੇ ਵੀਰ ਆ ਜਾਂਦੇ ਆ ਸਕੋਰਲ ਦੀਆਂ ਸਮਾਵਾਂ ਸਾਡਾ ਵੀਰ ਬੂਟਾ ਪੋਲਸੀਆ ਦੇ ਰਿਹਾ ਐਂਟਰੀ ਫੀਸ ਕਮੇਟੀ ਦੇ ਵਿੱਚ ਕਾਕਾ ਮੋਟਰਾਂ ਵਾਲਾ ਹਰਵਿੰਦਰ ਸਿੰਘ ਕਾਲੂ ਤੇ ਨਾਲ ਕੁਲਵਿੰਦਰ ਸਿੰਘ ਕਿੰਦਾ ਦੇ ਰਹੇ ਨੇ ਨਾਲ ਟਾਈਮ ਕੀਪਰ ਦੀਆਂ ਸਵਾਵਾਂ ਭਾਵੇਂ ਹੁਣ ਹੋਟਲ ਲੱਗਿਆ ਸਾਡਾ ਵੀਰ ਪਹਿਲਾਂ ਸਵਾਵਾਂ ਕੱਲ ਤੋਂ ਦੇ ਰਿਹਾ ਸੰਦੀਪ ਸਿੰਘ ਸੋਧੀ ਤੇ ਨਾਲ ਸਾਡਾ ਵੀਰ ਮਣੀ ਟੀਂਸਾ ਤੇ ਸਾਰੇ ਹੀ ਜਿੰਨੇ ਵੀ ਕਲੱਬ ਦੇ ਉਹਦੇ ਨਾਲ ਵੀਰ ਹੈ ਜਿਹੜੇ ਵੀਰ ਆਪੋ ਆਪਣੀਆਂ ਡਿਊਟੀਆਂ ਤੇ ਤੈਨਾਤ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ 100 ਤੋਂ ਲੈ ਕੇ ਹਜ਼ਾਰਾਂ ਦੇ ਵਿੱਚ ਟੂਰਨਾਮੈਂਟ ਕਰਵਾਉਣ ਦੇ ਲਈ ਹਾਂਜੀ ਬਾਈ ਲੱਖੇ ਆਪਣੇ 2 ਕਮੈਂਟਰ ਸਪੈਸ਼ਲ ਸੱਦੇ ਹੋਏ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਟਾਈਮ ਤੇ ਵੰਡ ਵੰਡ ਕੇ ਤੁਸੀਂ ਆਪਣੀ ਸੈਟਿੰਗ ਕਰ ਲਿਓ ਇਹ ਨਾ ਹੋਵੇ ਕੋਈ ਵਧੀਆ ਮੋਕੇ ਕਰੀਮ ਜੀ ਹੋਰ ਲਾਵੇ ਨਹੀਂ ਨਹੀਂ ਹਨਾ ਤੇ ਹੁਣ ਤੁਸੀਂ ਤੜਕੇ ਲੱਗਿਆ ਤੁਸੀਂ ਦਮ ਲੈ ਕੇ ਹੋਰ ਲਾ ਦੋ ਬਾਰ ਬਾਰੀ ਸਾਰੇ ਲੱਗ ਜਾਓ ਪਲੀਜ਼ ਜਿਵੇਂ ਵੀ ਤੁਹਾਡਾ ਹੁਕਮ ਹੈਗਾ ਉਵੇਂ ਤੇ ਹੀ ਹੋਵੇਗਾ ਕਿਉਂਕਿ ਉਹ ਬਾਂਝਾ ਨਹੀਂ ਆਪਾਂ ਨੂੰ ਸੱਦਿਆ ਤਾਂ ਹੀ ਮੈਂ ਆਇਆ ਗਰਾਊਂਡ ਦੇ ਵਿੱਚ ਠੀਕ ਤੁਸੀਂ ਵੀ ਐਨ ਸੁਣੋ ਕਿਹਾ ਇਹ ਕਿਹਾ ਵੀ ਸਾਰਿਆਂ ਨੂੰ ਟਾਈਮ ਮਿਲ ਜੇ ਇਸ ਤੋਂ ਬਾਅਦ ਸਾਡਾ ਵੀ ਹਰਮਨ ਜੋਗਾ ਉਹ ਤਿਆਰੀ ਫੜ ਕੇ ਰੱਖੇਗਾ ਹਰਮਨ ਜੋਗਾ ਨਾਲ ਕੁਲਵੀਰ ਖੋਹੀ ਵਾਲਾ ਇਹ ਵੀਰਾਂ ਨੇ ਸਾਰਿਆਂ ਨੇ ਵਾਰ ਵਾਰ ਆਪਣੀ ਹਾਜ਼ਰੀ ਲਵਾਉਣੀ ਹੈ ਲੈ ਮੈਚ ਸ਼ੁਰੂ ਹੋ ਚੁੱਕਿਆ ਆਪਣੇ ਠਿਕਰੀਵਾਲ ਦੀ ਟੀਮ ਹਸਪਤਾਲ ਵਾਲੀ ਸਾਈਡ ਖੇਡ ਰਹੀ ਹੈ ਜਦਕਿ ਟੈਂਕੀ ਵਾਲੀ ਸਾਈਡ ਟੀਮ ਖੇਡ ਰਹੀ ਹੈ ਚੰਨਣਵਾਲ ਦੀ ਟੀਮ ਖੇਡ ਰਹੀ ਹੈ ਦੋਨੇ ਟੀਮਾਂ ਫਾਈਨਲ ਦੇ ਵਿੱਚ ਪਹੁੰਚੀਆਂ ਨੇ ਲਾਡੀ ਚੰਨਣਵਾਲ ਪਿੰਡ ਦਾ ਪੁਆਇੰਟ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਵਾਧਾ ਕਰ ਚੁੱਕਿਆ ਹੈ ਅਗਲੀ ਕਬੱਡੀ ਗੋਲੂ ਠਿਕਰੀਵਾਲ ਪਿੰਡ ਦਾ ਪੁਆਇੰਟ ਦੇ ਲਈ ਵਾਧਾ ਹੋਇਆ ਹੈ ਉੱਧਰ ਸੇਵਕ ਡਾਕਟਰ ਵੀ ਆਪਣੀਆਂ ਸੇਵਾਵਾਂ ਡਾਕਟਰੀਆਂ ਦੇ ਰਿਹਾ ਗਰਾਊਂਡ ਦੇ ਵਿੱਚ ਅਗਲੀ ਕਬੱਡੀ ਗੋਲੂ ਠਿਕਰੀਵਾਲ ਪਿੰਡ ਨੇ ਪਾ ਦਿੱਤੀ ਹੈ ਲੈ ਪੁਆਇੰਟ ਪੁਆਇੰਟ ਆਪਣੀ ਟੀਮ ਦੇ ਲਈ ਇੱਕ ਅੰਕ ਹੋਰ ਵਾਧਾ ਕਰ ਦਿੱਤਾ ਹੈ ਲਾਡੀ ਨੌਜਵਾਨ ਫਿਰ ਕਬੱਡੀ ਪਾਉਣ ਦੇ ਲਈ ਵੱਧ ਚੁੱਕੇ ਹੈ ਆ ਗਏ ਨੇ ਖਿਡਾਰੀ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਬਾਟੀਆਂ ਸਿੰਗਾਰੀਆਂ ਲੱਗਣਾ ਇਹ ਮੈਦਾਨ ਵਿੱਚ ਜੋਰ ਅੱਡੀ ਚੋਟੀ ਦਾ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜਾਏ ਇਸ ਕਬੱਡੀ ਦਾ ਉਹ ਸਾਈਕਲਾਂ ਦਾ ਜੇਤੂ ਹੈ ਪ੍ਰਿਸਾਂ ਦਾ ਜੇਤੂ ਨੌਜਵਾਨ ਮਹਿਲ ਕਲੱਬ ਪਿੰਡ ਦਾ ਨਿੱਕੂ ਹੈ ਤਾੜੀਆਂ ਲਾ ਦੋ ਇਸ ਨੌਜਵਾਨ ਦੇ ਲਈ ਲਾ ਤਕੜਾ ਜੱਖਾ ਪੁਆਇੰਟ ਠਿਕਰੀਵਾਲ ਦੀ ਟੀਮ ਦੇ ਲਈ ਅੱਜ ਧਾਰਾ ਲੈਤਾ ਠਿਕਰੀਵਾਲ ਜੀ ਮਨਦੀਪ ਉਹਨਾਂ ਦੇ ਤੇ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਵਾਧਾ ਕਰਦਾ ਅਗਲਾ ਮੈਚ ਚੁੰਗਾ ਤੇ ਨੱਤ ਪੁੱਤ ਦੀਆਂ ਟੀਮਾਂ ਦਰਮਿਆਨ ਖੇਡਿਆ ਜਾਵੇਗਾ ਇਹ ਟੀਮਾਂ ਵੀ ਤਿਆਰੀ ਫੜ ਕੇ ਕਬੱਡੀ ਮੈਦਾਨ ਦੇ ਵਿੱਚ ਆ ਜਾਣਗੀਆਂ ਚੁੰਗਾ ਤੇ ਨੱਤ ਪੁੱਤ ਦੀਆਂ ਟੀਮਾਂ ਨੂੰ ਵਾਰ ਵਾਰ ਬੇਨਤੀ ਹੈ ਲਓ ਆ ਧੀਰਾ ਦਾ ਜਵਾਨ ਹੈ ਕਾਲੇ ਦੀ ਕਬੱਡੀ ਪਾ ਗਈ ਹੈ ਲਾਡੀ ਦਾ ਛੋਟਾ ਵੀ ਨਾ ਧੀਰਾ ਮੁਕਾਬਲਾ ਸਖਤ ਹੈ ਬੱਲੇ ਬੱਲੇ ਉਹਦੇ ਯਾਰ ਤਾੜੀਆਂ ਦੱਬ ਕੇ ਲਾ ਦਿਓ ਇਸ ਨੌਜਵਾਨ ਦੇ ਲਈ ਕਾਲਾ ਠਿਕਰੀ ਪਿੰਡ ਦਾ ਪੁਆਇੰਟ ਆਪਣੀ ਟੀਮ ਦੇ ਲਈ ਜੁੜ ਚੁੱਕਿਆ ਹੈ ਉੱਥੇ ਇਸ ਮੈਚ ਦੀ ਰੈਫਰੀ ਦੇ ਸਲਾਮਾ ਸਾਡੀ ਜ਼ਿੰਦਗੀ ਦਾ ਸਤਿਕਾਰਯੋਗ ਵੀਰ ਲੱਕੀ ਸਦਮਾ ਵਾਲਾ ਦੇ ਰਿਹਾ ਨਾਲ ਧਰਵਿੰਦਰ ਸਿੰਘ ਔਲਖ ਵੱਲੋਂ ਠੀਕਰੀ ਵਾਲੇ ਕਾਲੇ ਨੂੰ ਸਪੈਸ਼ਲ ਨਾਮ ਧਰਵਿੰਦਰ ਸਿੰਘ ਜੀ ਔਲਖ ਵੱਲੋਂ 100 ਰੁਪਿਆ ਸਪੈਸ਼ਲ ਨਾਮ ਕਾਲਾ ਠੀਕਰੀ ਵਾਲੇ ਨੂੰ ਬਗੜ ਸਿੰਘ ਕਮੇਟੀ ਵੱਲੋਂ ਮਿਲਿਓ ਆਪਣੇ ਬੱਚੇ ਨੂੰ ਸਪੈਸ਼ਲ ਨਾਮ ਕਾਲੇ ਨੂੰ 100 ਰੁਪਿਆ ਗੁਰਦੁਆਰਾ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਬਗੜ ਸਿੰਘ ਨੂੰ ਦੱਸਿਆ ਸਪੈਸ਼ਲ ਨਾਮ 100 ਰੁਪਿਆ ਹਾਏ ਹਾਏ ਇੱਥੇ ਤਾੜੀ ਦੱਬ ਕੇ ਮਾਰ ਦਿਓ ਕਿਉਂਕਿ ਇਹ ਜਮਾ 1-2 ਸਕਿੰਟ ਦੇ ਫਰਕ ਦੇ ਨਾਲ ਪੁਆਇੰਟ ਆਪਣੀ ਟੀਮ ਦੇ ਲਈ ਮਹਿਲਕਾ ਵਾਲੇ ਨਿੱਕੂ ਨੇ ਜੋੜ ਦਿੱਤਾ ਹੈ ਅਗਲਾ ਮੁਕਾਬਲਾ ਚੁੰਗਾ ਤੇ ਨੱਤ ਵੱਟ ਦੀਆਂ ਟੀਮਾਂ ਸਟੂਡੀਓ ਆ ਸਟੂਡੀਓ ਥੱਲੇ ਜਾਵੇ ਇਹ ਹੈ ਨਿੱਕਾ ਚੀਮੇ ਜੋੜ ਵਾਲਾ 21 ਪੌਣੀ ਸਰੀਰ ਤੱਕ 30 ਪੌਣੀ ਪੈਂਦੀ ਹੈ ਜੇ ਖੰਗੇ ਖੰਗ ਬਣਾਉਟੀ ਖੰਗ ਹਟਾਉਣੀ ਪੈਂਦੀ ਹੈ ਲਾ ਤਕੜਾ ਜੱਫਾ ਨਿੱਕੂ ਨੇ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਵਾਧਾ ਕਰ ਦਿੱਤਾ ਹੈ ਉਧਰ ਮਾਨ ਡਿਜੀਟਲ ਸਟੂਡੀਓ ਜੋ ਕਿ ਟੈਂਟ ਹਾਊਸ ਦੀ ਸੇਵਾ ਸਾਡੇ ਵੀਰ ਉਹਨਾਂ ਦਾ ਬਹੁਤ ਧੰਨਵਾਦ ਹੈਪੀ ਡਿਜੀਟਲ ਸਟੂਡੀਓ ਵਾਲੇ ਵੀਰਾਂ ਦਾ ਵੀ ਧੰਨਵਾਦ ਉਧਰ ਕਬੱਡੀ 365.com ਵਾਲੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਚੁੰਗਾ ਤੇ ਨੱਤ ਵਰਜ ਇਹ ਦੋਨੇ ਟੀਮਾਂ ਤਿਆਰੀ ਫੜ ਕੇ ਕਬੱਡੀ ਮੈਦਾਨ
लो अगली कबड्डी काले ने फिर पा दी है। काला नौजवान अगली कबड्डी पाउन के बाद हो गया उधर पीरे के नाल मुकाबला हो गया। लो कैंची ला दी है इस नौजवान ने भी ताड़ी ला दी नौजवान कोई गल नहीं जे बगाने पाउन रहा है पर जोर बढ़ा रहे नौजवान अपनी टीम के लिए एक अंक का वादा करता हुआ नौजवान चुंगा ते नातवर जिहड़ियां टीमां एक टीमां भी तैयारी फड़ के कबड्डी मैदान दे विच आ जाणगियां। अज बरनाला कबड्डी कप भी शुरू हो रहा है जिथे 65 ते 80 किलो दे मुकाबले हो रहे ने। कल नूं इक पिंड ओटो दे विच 1 लाख ते 61 हजार दे प्राइज दित्ते जाणे है 21 हजार मैटर दे दित्ता जाएगा। अज नोगरे घोड़ियां दे नाल मान सम्मान कीते जाणे है ठिकरीवाल दे कबड्डी कप दे उत्ते। इह बरनाले दा मेरे ख्याल दे विच पहला पिंड है जिथे नोगरे घोड़े दित्ते जा रहे ने। लो अगली ठीकरीवाल वाला नौजवान गोलू पाउन के लिए बैठा हुआ है। गोलू ने अगली कबड्डी पा दी है नतवर जी ते चुंगा यह दोनों टीम तैयारी फड़ के कबड्डी मैदान के आ जाएगियां। नतवर जी चुंगा दीम लै कबूतर का सौकी है नौजवान पाउंदा हुआ कबड्डी पॉइंट अपनी टीम के लिए जोड़ता हुआ है। जिन्हें कदे खाब नहीं सी देखे उसने भी कबड्डी ने जहाजा का झूटा दबा दिता। ਉਹੀ ਬਣਦਾ ਇੱਕ ਵੱਡੀ ਵਿੱਚ ਕੌਡੀ ਤੋਂ ਹੀਰਾ ਜਿਹਨੇ ਖੇਡ ਵਿੱਚ ਤਨ ਮਨ ਲਾ ਦਿੱਤਾ ਨਵੀਂ ਸਿਲਵਰਾ ਖੇਡ ਕਬੱਡੀ ਨੂੰ ਉੱਚਾ ਚੁੱਕਣ ਲਈ। ਕਾਕਾ ਧਾਲੀਵਾਲ ਬੇਨਤੀ ਹੈ ਵੀ ਜਿਹੜੀ 500 ਅਤੇ 1100 ਵਾਲੇ ਜਿਹੜੇ ਦਾਨੀ ਸੱਜਣ ਨੇ ਸਾਰੇ 3100 5100 ਸਾਰਿਆਂ ਨੂੰ ਆਪਾਂ 3 ਵਜੇ ਤੋਂ ਪਹਿਲਾਂ ਪਹਿਲਾਂ ਓਪਨ ਦੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਸਨਮਾਨ ਕਰਨਾ ਹੈ। ਬਾਰ-ਬਾਰ ਲਿਸਟ ਬੋਲ ਕੇ ਡਿਊਟੀ ਹੈ ਭੋਲਾ ਸਿੰਘ ਜੀ ਮਾਨ ਸਾਹਿਬ ਜਿਹੜੇ ਬੰਦੇ ਰਹਿ ਗਏ ਲਿਸਟ ਚੈੱਕ ਕਰੋ ਤੇ ਸਾਰਿਆਂ ਨੂੰ ਟਰਾਫੀਆਂ ਦੇ ਦਈਏ। ਓਪਨ ਦੇ ਮੈਚ ਨੂੰ ਆਪਾਂ ਸ਼ਾਂਤਦਾਰ ਤਰੀਕੇ ਨਾਲ ਦੇਖਣਾ ਲਿਸਟਾਂ ਲੈ ਕੇ ਸਾਰੇ ਚੈੱਕ ਕਰ ਲਓ। ਲਓ ਫਿਰ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਏ ਨੌਜਵਾਨ ਹੈ ਚੁੰਗਾ ਤੇ ਨਤਵਰ ਜੀ ਦੀਆਂ ਟੀਮਾਂ ਇਹ ਟੀਮਾਂ ਵੀ ਤਿਆਰੀ ਫੜ ਕੇ ਕਬੱਡੀ ਮੈਦਾਨ ਦੇ ਵਿੱਚ ਆ ਜਾਣਾ। ਚੁੰਗਾ ਤੇ ਨਤਵਰ ਜੀ ਦੀਆਂ ਟੀਮਾਂ ਨੂੰ ਵਾਰ ਵਾਰ ਬੇਨਤੀ ਕੀਤੀ ਜਾ ਰਹੀ ਹੈ ਜਿਹਨੇ ਕਦੇ ਖਾਬ ਨਹੀਂ ਸੀ ਦੇਖੇ ਉਸ ਨੂੰ ਵੀ ਕਬੱਡੀ ਨੇ ਜਹਾਜ਼ ਦਾ ਝੂਟਾ ਦਬਾ ਦਿੱਤਾ। ਉਹੀ ਬਣਦਾ ਕਬੱਡੀ ਵਿੱਚ ਕੌਡੀ ਤੋਂ ਹੀਰਾ ਜਿਹਨੇ ਖੇਡ ਵਿੱਚ ਤਨ ਮਨ ਲਾ ਦਿੱਤਾ ਨਵੀਂ ਸਿਲਵਰਾ ਖੇਡ ਕਬੱਡੀ ਨੂੰ ਉੱਚਾ ਚੁੱਕਣ ਲਈ ਖੇਡ ਪ੍ਰਮੋਟਰਾਂ ਨੇ ਦਿਲੋਂ ਯੋਗਦਾਨ ਪਾ ਦਿੱਤਾ। ਭਾਵੇਂ ਘਰ ਬੈਠੇ ਆਨਲਾਈਨ ਦੇਖੋ ਮੈਚ ਕਬੱਡੀ 365 kabaddi.com ਵਾਲੇ ਹੀ ਵੀਰਾਂ ਨੇ ਸਿਰਾ ਕਰਾ ਦਿੱਤਾ ਸਾਡੇ NRI ਭਰਾ ਦੇਸਾਂ ਵਿਦੇਸਾਂ ਵਿੱਚ ਵਸਦੇ ਮੈਚ ਦੇਖ ਰਹੇ ਨੇ। ਲਓ ਗੋਲੂ ਦੀ ਪੰਡੀ ਕਬੱਡੀ ਤੇ ਚੰਨਣ ਵਾਲੀ ਨੌਜਵਾਨ ਦੀ ਲਾ ਤਕੜਾ ਜੱਫਾ ਪੁਆਇੰਟ ਆਪਣੀ ਟੀਮ ਦੇ ਉੱਤੇ ਇੱਕ ਅੰਕ ਦਾ ਵਾਧਾ ਕਰ ਦਿੱਤਾ। ਚੁੰਗਾ ਦੇ ਨਾਤਵਰ ਚ ਸਾਡੇ ਕਲੱਬ ਦੇ ਸਰਪ੍ਰਸਤ ਸਰਦਾਰ ਹਰਮਾਨ ਸਿੰਘ ਜੀ ਔਲਖ ਵੱਲੋਂ 100 ਰੁਪਿਆ ਠੀਕਰੀਆਂ ਦੀ ਟੀਮ ਨੂੰ ਸਪੈਸ਼ਲ ਨਾਮ 70 ਕਿਲੋ ਤੇ ਓਪਨ ਦੀਆਂ ਐਂਟਰੀਆਂ ਜਾਰੀ ਆ। ਜੇ ਕੋਈ ਟੀਮ ਐਂਟਰ ਹੋਣ ਵਾਲੀ ਰਹਿੰਦੀ ਹੈ ਤਾਂ ਐਂਟਰੀ ਭਰ ਕੇ ਐਂਟਰ ਹੋ ਸਕਦੀ ਆ। 70 ਕਿਲੋ ਤੇ ਓਪਨ ਦੀਆਂ ਐਂਟਰੀਆਂ ਜਾਰੀ ਆ। ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਵਿਸ਼ਾਲ ਕਮਾਂਡ ਸਮਾਣਾ ਜੋ MD ਇੱਥੇ ਪਹੁੰਚੇ ਸੀ 21000 ਰੁਪਿਆ ਸਪੈਸ਼ਲ ਨਾਮ ਸਾਡੇ ਇਸ ਕਲੱਬ ਨੂੰ ਦੇ ਕੇ ਗਏ ਨੇਗੇ 21000 ਰੁਪਿਆ ਮੈਂ ਕਿਸ ਸਹਾਇਤਾ ਵਿਸ਼ਾਲ ਕਮਾਂਡ ਸਮਾਣਾ ਵਾਲੇ MD ਜੋ ਪਹੁੰਚੇ ਸੀ ਨਿਰਮਲ ਸਿੰਘ 21000 ਰੁਪਿਆ ਇਸ ਕਲੱਬ ਨੂੰ ਮੈਂ ਕਿਸ ਸਹਾਇਤਾ ਦੇ ਕੇ ਗਏ ਅਸੀਂ ਅਮਰ ਸਿੰਘ ਸਰਦਾਰ ਸੇਵਾ ਸਿੰਘ ਸਪੋਰਟ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਿਸ਼ਾਲ ਕਮਾਂਡ ਸਮਾਣਾ। ਲਵ ਮੈਚ ਸਮਾਪਤ ਹੋ ਗਿਆ ਲੈ ਪੀਟਿਆ ਵੀ ਉਦੋਂ ਤੁਸੀਂ ਬੋਲਦੇ ਸੀ ਹਮ ਟਾਈਮ ਹੋ ਗਿਆ ਜਦੋਂ ਤੁਸੀਂ ਇਕੱਠੇ ਖੇਡਦੇ ਹੁੰਦੇ ਸੀ 11 12 13 14 ਮੈਂ ਕਹਿੰਦਾ ਉਹ ਕੋਈ ਪਿੰਡ ਨਹੀਂ ਹੋਣਾ ਜਿੱਥੇ ਇਹ ਨੌਜਵਾਨ ਨੇ ਠਿਕਰੀਵਾਲ ਦੇ ਝੰਡੇ ਨਾ ਗੱਡੇ ਹੋਣ। ਹਰ ਇੱਕ ਟੂਰਨਾਮੈਂਟ ਦੇ ਉੱਤੇ 60 62 ਕਿਲੋ ਦੇ ਵਿੱਚ ਠਿਕਰੀਵਾਲ ਜਾਂਦਾ ਪਹਿਲਾ ਜਾਂ ਦੂਜਾ ਨੰਬਰ ਪਾਉਂਦੀ ਹੁੰਦੀ ਸੀ ਇਹ ਵੱਡੀ ਮਾਣ ਦੀ ਗੱਲ ਹੈ। ਅੱਜ ਭਾਵੇਂ ਇਹ ਨੌਜਵਾਨ ਟਾਵਾ ਟਾਵਾ ਟੂਰਨਾਮੈਂਟ ਜਿੱਤਦੇ ਆ ਪਰ ਫਿਰ ਵੀ ਚੜਾਈ ਆ ਇਹਨਾਂ ਨੌਜਵਾਨਾਂ ਦੀ ਅਗਲੇ ਮੈਚ ਦੀਆਂ ਟੀਮਾਂ। ਹਾਂਜੀ ਜੇ ਮੁਲਾਕਾਤ ਕਰਾਉਣੀ ਹੈ ਦੱਸੋ ਹਾਫ ਟਾਈਮ ਹੋ ਗਿਆ। ਸਰਜੀਤ ਸਿੰਘ ਜੀ ਜੇ ਮੁਲਾਕਾਤ ਕਰਾਉਣੀ ਹੈ ਹਾਫ ਟਾਈਮ ਹੋਇਆ ਵੈ ਆਪਾਂ ਮੈਚ ਕਰਾ ਦਈਏ ਜਲਦੀ ਤੋਂ ਜਲਦੀ। ਬਸ ਠੀਕ ਹੈ ਜੀ ਤੁਹਾਡਾ ਓਪਨ ਦੇ ਮੈਚ ਨੂੰ ਖੁੱਲਾ ਟਾਈਮ ਦੇਣਾ ਜੀ ਹਨੇਰਾ ਵੀ ਨਹੀਂ ਬੜਾ ਹੋਣਾ ਚਾਹੀਦਾ ਟੀਮਾਂ ਛੇਤੀ ਮੈਚ ਪੜਾ ਦੋ। ਨਤਵਰ ਜੀ ਦੀ ਟੀਮ ਆ ਚੁੱਕੀ ਹੈ ਮੇਰੀ ਬੇਨਤੀ ਚੁੰਗਾ ਦੀ ਟੀਮ ਨੂੰ ਹੈ ਚੁੰਗਾ ਦੀ ਟੀਮ ਜਲਦੀ ਨਾਲ ਕਬੱਡੀ ਮੈਦਾਨ ਦੇ ਵਿੱਚ ਪਹੁੰਚੇ ਚੁੰਗਾ ਦੀ ਟੀਮ
जल्दी ना कबड्डी मैदान दे विच आवे। लो अगली कबड्डी फिर पाउण वाली वादा होया है, जिथों दे स्टार खिडारी पैदा होए दे, जिथों दे बेनू टिलो दा नाम अजकल कमेडियनां दे विच उच्च कोटी ते आउंदा है, कोई ऐसी फिल्म नहीं होनी जिथे बेनू टिलो ने रोल ना कीता होवे, ओ फिल्म हिट ही नहीं हुंदी जिहदे जिक्र बेनू टिलो ना रोल करे। अगले मैच दी टीम चूंगा दी टीम कबड्डी मैदान दे विच आवेगी, चूंगा दी टीम साडा कलवीर थोही वाला वीर ओ भी सवावा देवेगा। मैनू याद है 2011 7-9 ਉਹ 7 ਤਰੀਕ ਸੀ, 9ਵਾਂ ਮਹੀਨਾ ਸੀ, ਇਹ ਵੀਰ ਦੇ ਪਿੰਡ ਟੂਰਨਾਮੈਂਟ ਹੋਇਆ। ਮੈਂ ਟੂਰਨਾਮੈਂਟ ਤੇ ਪਹਿਲੀ ਵਾਰ ਗਿਆ, ਕਲੱਬ ਵਾਲਿਆਂ ਨੂੰ ਕਿਹਾ ਜੀ ਮੈਨੂੰ ਮਾਈਕ ਫੜ ਕੇ ਬੋਲਣ ਦਾ ਮੌਕਾ ਦਿਓ, ਉਹਨੇ ਦਿੱਤਾ। ਦੂਸਰੇ ਦਿਨ ਮੈਨੂੰ ਖਾਲੀ ਹੱਥ ਮੋੜਦੇ ਸੀ, ਪਰ ਵੀਰ ਨੇ ਬਾਜ ਮਾਰ ਕੇ ਪ੍ਰਬੰਧਕਾਂ ਨੂੰ ਕਿਹਾ ਕਿ ਇਸ ਬਾਈ ਦਾ ਮਾਣ ਸਨਮਾਨ ਕਰੋ, ਤਾਂ 100 ਰੁਪਇਆ ਮੈਨੂੰ ਉੱਥੋਂ ਮਿਲਿਆ ਜੋ ਕਿ ਮੇਰੀ ਜ਼ਿੰਦਗੀ ਦਾ ਪਹਿਲਾ 100 ਰੁਪਇਆ ਸੀ। ਇਹ ਬਾਈ ਦਾ ਮੈਂ ਬਹੁਤ ਰਿਣੀ ਆ, ਜਿਹਦੇ ਪਿੰਡ ਤੋਂ ਮੈਂ ਕਮਿਊਨਿਟੀ ਦੇ ਖੇਤਰ ਦੇ ਵਿੱਚ ਆਇਆ। ਬਹੁਤ ਬਹੁਤ ਧੰਨਵਾਦ, ਸਾਡੇ ਇਲਾਕੇ ਦੇ ਵਿੱਚ ਪਹਿਲੀ ਵਾਰ ਪਹੁੰਚਿਆ, ਵਰਲਡ ਕੱਪ ਦੇ ਵਿੱਚ ਇਸ ਵੀਰ ਲਈ ਸਵਾਵਾਂ ਦਿੱਤੀਆਂ ਨੇ। ਜੀਆ ਜਾ ਆਖਦੇ ਆ ਲੋਕ ਕਾਲਾ ਠਿਕਰੀ ਵਾਲ ਪਿੰਡ ਦਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਜੇ ਮੈਚ ਵਧੀਆ ਲੱਗ ਰਿਹਾ ਦੱਸੋ, ਇੱਕ ਜ਼ੋਰਦਾਰ ਤਾੜੀ ਲਾ ਕੇ ਦੱਸੋ ਜੇ ਮੈਚ ਵਧੀਆ ਲੱਗ ਰਿਹਾ। ਅਗਲੀ ਟੀਮ ਹੈਲੋ 70 ਕਿਲੋ ਦੇ ਓਪਨ ਦੀਆਂ ਐਂਟਰੀਆਂ ਜਾਰੀ ਨੇ, ਜਿਹੜੀਆਂ ਟੀਮਾਂ ਅਜੇ ਤੱਕ ਨਹੀਂ ਐਂਟਰ ਹੋਈਆਂ ਐਂਟਰ ਹੋ ਜਾਣ ਐਂਟਰੀ ਫੀ ਭਰ ਕੇ। ਇੱਕ ਜੋਧਪੁਰੀ ਮਾਂਗੇਵਾਲ ਦੀ ਟੀਮ ਦੀ ਐਂਟਰੀ ਫੀ ਰਹਿੰਦੀ ਹੈ, ਕਿਰਪਾ ਕਰਕੇ ਐਂਟਰੀ ਫੀ ਜਮ੍ਹਾਂ ਕਰਵਾ ਜਾਣਾ। ਜੋਧਪੁਰੀ ਮਾਂਗੇਵਾਲ ਇਹਨਾਂ ਦੀ ਐਂਟਰੀ ਫੀ ਰਹਿੰਦੀ ਆ। ਹਾਂਜੀ ਚੁੰਗਾ ਦੀ ਟੀਮ ਜਲਦੀ ਨਾਲ ਕਬੱਡੀ ਮੈਦਾਨ ਦੇ ਵਿੱਚ ਆਵੇਗੀ। ਚੁੰਗਾ ਦੀ ਟੀਮ ਨੂੰ ਮੈਂ ਵਾਰ ਵਾਰ ਬੇਨਤੀ ਕਰ ਰਿਹਾ ਜਲਦੀ ਨਾਲ ਕਬੱਡੀ ਮੈਦਾਨ ਦੇ ਵਿੱਚ ਆਵੇ। 2010 ਵਿੱਚ ਸੁਖਵੀਰ ਬਾਦਲ ਨੇ ਪਹਿਲਾ ਵਿਸ਼ਵ ਕਬੱਡੀ ਕੱਪ ਕਰਵਾ ਦਿੱਤਾ, ਮਾਂ ਖੇਡ ਕਬੱਡੀ ਦਾ ਮਾਣ ਦੇਸਾਂ ਵਿਦੇਸਾਂ ਵਿੱਚ ਹੋਰ ਵਧਾ ਦਿੱਤਾ। 2014 ਵਿੱਚ ਹੋਈ ਵਿਸ਼ਵ ਕਬੱਡੀ ਲੀਗ ਦੇ ਬੱਲੇ ਬੱਲੇ ਕਰਵਾ ਦਿੱਤੀ, ਖਿਆਲੀ ਵਾਲੇ ਲੱਖੇ ਪੀਟੀਸੀ ਨਿਊਜ਼ ਦੇ ਕਬੱਡੀ ਘਰ ਘਰ ਪਹੁੰਚਾ ਦਿੱਤੀ, ਖਿਆਲੀ ਵਾਲੇ ਲੱਖੇ ਪੀਟੀਸੀ ਨਿਊਜ਼ ਨੇ ਕਬੱਡੀ ਘਰ ਘਰ ਪਹੁੰਚਾ ਦਿੱਤੀ। ਉਸੇ ਤਰ੍ਹਾਂ 365 ਨੇ ਵੀ ਇਹ ਕਬੱਡੀ ਨੂੰ ਦੁਨੀਆ ਦੇ ਕੋਨੇ ਕੋਨੇ ਪਹੁੰਚਾ ਦਿੱਤਾ। ਜਿਹੜਾ ਵੀਰ ਟੂਰਨਾਮੈਂਟ ਦੇ ਨਾਲ ਨਹੀਂ ਜੁੜ ਸਕਦਾ ਉਹ ਵੀ ਇਹਨਾਂ ਦੇ ਨਾਲ ਜੁੜ ਚੁੱਕਿਆ। ਬੇਨਤੀ ਹੈ, ਨੱਤ ਬੁਰਜ ਦੀ ਟੀਮ ਆ ਚੁੱਕੀ ਹੈ, ਚੁੰਗਾ ਦੀ ਟੀਮ ਅਗਲੇ ਮੈਚ ਦੇ ਲਈ ਗਰਾਊਂਡ ਦੇ ਵਿੱਚ ਪਹੁੰਚੇਗੀ। ਚੁੰਗਾ ਦੀ ਟੀਮ ਨੂੰ ਵਾਰ ਵਾਰ ਬੇਨਤੀ ਹੈ। ਮੈਚ ਇਹ ਰੋਕ ਦਿਓ ਜੀ, ਮੁਲਾਕਾਤ ਕੀਤੀ ਜਾਵੇਗੀ ਖਿਡਾਰੀਆਂ ਦੇ ਨਾਲ, ਇੰਟਰੋਡਕਸ਼ਨ ਕੀਤੀ ਜਾਣੀ ਹੈ, ਦੋਨੇ ਟੀਮਾਂ ਲਾਈਨ ਅਪ ਹੋ ਜਾਣਗੀਆਂ। ਦੋਨਾਂ ਟੀਮਾਂ ਨੂੰ ਬੇਨਤੀ ਹੈ ਲਾਈਨ ਅਪ ਹੋ ਜਾਓ, ਤੇ ਅਗਲੀ ਗੱਲ ਸਾਡਾ ਵੀਰ ਕਲਵੀਰ ਥੋਹੀ ਵਾਲਾ ਕਰੇਗਾ। ਇਸ ਵੀਰ ਲਈ ਵੀ ਆਪਣੀਆਂ ਅੱਜ ਸਵਾਵਾਂ ਦੇਣੀਆਂ ਨੇ, ਵੈਲਕਮ ਕਰਦੀਆਂ ਸਾਡੇ ਇਲਾਕੇ ਦੇ ਵਿੱਚ ਪਹਿਲੀ ਵਾਰ ਵੀ ਪਹੁੰਚਿਆ। ਅਗਲੀ ਗੱਲ ਕਲਵੀਰ ਥੋਹੀ ਅੰਤਰਰਾਸ਼ਟਰੀ ਕਮੈਂਟਰ। ਹੈਲੋ, ਸੋ ਮੈਂ ਤੁਹਾਡੇ ਵਿੱਚ ਆਇਆ, ਇਹ ਸਭ ਕਿਰਪਾ ਤੁਹਾਡੀ ਏ, ਕੱਖ ਤੋਂ ਲੱਖ ਬਣਾਏ ਇਹ ਸਭ ਕਿਰਪਾ ਤੁਹਾਡੀ ਏ। ਮੱਥੇ ਕੱਸ ਜਾਂਦੇ ਨੇ ਰੱਬ ਤੋਂ ਮੰਗ ਮੰਗ ਲੋਕਾਂ ਦੇ, ਮੈਂ ਜੋ ਚਾਹਿਆ ਸੋ ਪਾਇਆ ਇਹ ਸਭ ਕਿਰਪਾ ਤੁਹਾਡੀ ਏ।